ਖੁੱਲਿਆ ਹੋਇਆ ਦਰਵਾਜ਼ਾ ਤੇ ਘਰ 'ਚ ਖਿਲਰਿਆ ਹੋਇਆ ਸਮਾਨ, ਅਲਮਾਰੀਆਂ ਦੇ ਟੁੱਟੇ ਹੋਏ ਤਾਲੇ। ਤਸਵੀਰਾਂ ਇੱਕ ਰੇਲਵੇ ਕੁਆਟਰ ਦੀਆਂ ਨੇ ਜਿੱਥੇ ਚੋਰਾਂ ਨੇ ਵੜ ਕੇ ਚੋਰੀ ਤਾਂ ਕੀਤੀ, ਨਾਲ ਹੀ ਇਸ ਘਰ ਦੀ ਮਾਲਕਣ ਔਰਤ ਦਾ ਵੀ ਕਤਲ ਕਰ ਗਏ। ਦਰਅਸਲ ਇਸ ਘਰ ਦੇ ਵਿੱਚ ਇਹ ਮਾਂ ਪੁੱਤ ਇਕੱਲੇ ਰਹਿੰਦੇ ਸਨ। ਪੁੱਤ ਕੰਮ ਤੇ ਗਿਆ ਹੋਇਆ ਸੀ ਤੇ ਘਰ ਦੇ ਬਾਹਰੋਂ ਤਾਲਾ ਲਾਇਆ ਹੋਇਆ ਸੀ। ਇਹ ਚੋਰ ਪਹਿਲਾਂ ਤਾਂ ਦਰਵਾਜ਼ੇ ਤੋਂ ਤਾਲਾ ਤੋੜਦੇ ਨੇ ਤੇ ਫਿਰ ਕੁਆਟਰ ਦੇ ਅੰਦਰ ਦਾਖਲ ਹੋ ਜਾਂਦੇ ਨੇ। ਚੋਰਾਂ ਨੂੰ ਦੇਖ ਕੇ ਜਦੋਂ ਔਰਤ ਰੋਲਾ ਪਾਉਣ ਲੱਗਦੀ ਹੈ ਤਾਂ ਪਹਿਲੇ ਨਾ ਚੋਰਾਂ ਦੇ ਵੱਲੋਂ ਇਸ ਔਰਤ ਦਾ ਗਲ ਘੋਟ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਫਿਰ ਸਾਰੇ ਘਰ ਦੀਆਂ ਅਲਮਾਰੀਆਂ ਤੇ ਚੱਪੇ ਚੱਪੇ ਦੀ ਤਲਾਸ਼ੀ ਲੈਂਦੇ ਨੇ ਤੇ ਕੀਮਤੀ ਸਮਾਨ ਲੈ ਕੇ ਉੱਥੋਂ ਫਰਾਰ ਹੋ ਜਾਂਦੇ ਨੇ। ਪੁੱਤ ਨੂੰ ਇਸ ਗੱਲ ਦੀ ਭਿਣਕ ਉਦੋਂ ਲੱਗਦੀ ਹੈ ਜਦੋਂ ਮਾਂ ਨੂੰ ਵਾਰ ਵਾਰ ਫੋਨ ਕਰਦਾ ਹੈ ਤੇ ਮਾਂ ਫੋਨ ਨਹੀਂ ਚੁੱਕਦੀ। ਜਦੋਂ ਪੁੱਤ ਘਰ ਪਹੁੰਚਦਾ ਹੈ ਤੇ ਦੇਖਦਾ ਹੈ ਕਿ ਬਾਹਰੋਂ ਤਾਲਾ ਖੁੱਲਿਆ ਹੋਇਆ ਹੈ ਤੇ ਕੁੰਡੀ ਲੱਗੀ ਹੋਈ ਹੈ। ਜਿਵੇਂ ਪੁੱਤ ਘਰ ਦੇ ਅੰਦਰ ਦਾਖਲ ਹੁੰਦਾ ਹੈ ਤਾਂ ਸਾਹਮਣੇ ਦਾ ਮੰਜ਼ਰ ਦੇਖ ਕੇ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ, ਜਿੱਥੇ ਖਿਲਰੇ ਹੋਏ ਸਮਾਨ ਦੇ ਵਿੱਚ ਉਸਦੀ ਮਾਂ ਦੀ ਲਾਸ਼ ਪਈ ਹੋਈ ਸੀ, ਜਿਸਨੂੰ ਚੋਰਾਂ ਨੇ ਗਲ ਘੋਟ ਕੇ ਬੜੀ ਬੇਰਹਿਮੀ ਨਾਲ ਮਾਰਤਾ। ਪੁੱਤ ਦੇ ਵੱਲੋਂ ਤੁਰੰਤ ਪੁਲਿਸ ਨੂੰ ਫੋਨ ਕੀਤਾ ਜਾਂਦਾ ਹੈ ਤੇ ਫਿਰ ਪੁਲਿਸ ਮੌਕੇ ਤੇ ਪਹੁੰਚਦੀ ਹੈ। ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ, ਜਿੱਥੇ ਫਿਰੋਜ਼ਪੁਰ ਦੇ ਵਿੱਚ ਹੀ ਇਹ ਰੇਲਵੇ ਕੁਆਟਰ ਨੇ ਜਿਸ ਵਿੱਚ ਇਹ ਮਾਂ ਪੁੱਤ ਰਹਿੰਦੇ ਸਨ ਅਤੇ ਪੁੱਤ ਕੰਮ ਤੇ ਗਿਆ ਹੋਇਆ ਸੀ, ਮਾਂ ਘਰੇ ਇਕੱਲੀ ਸੀ, ਬਾਹਰੋਂ ਤਾਲਾ ਲਾਇਆ ਹੋਇਆ ਸੀ, ਤਾਂ ਚੋਰ ਜੋ ਅੰਦਰ ਦਾਖਲ ਹੁੰਦੇ ਨੇ ਪਹਿਲਾਂ ਤਾਂ ਘਰ ਦਾ ਤਾਲਾ ਤੋੜਦੇ ਨੇ ਤੇ ਫਿਰ ਅੰਦਰ ਦਾਖਲ ਹੁੰਦੇ ਨੇ। ਜਿਨ੍ਹਾਂ ਨੂੰ ਦੇਖ ਕੇ ਇਹ ਮਾਂ ਰੌਲਾ ਪਾਉਣ ਲੱਗ ਜਾਂਦੀ ਹੈ ਤਾਂ ਚੋਰਾਂ ਦੇ ਵੱਲੋਂ ਪਹਿਲੇ ਇਸ ਮਾਂ ਦਾ ਗਲ ਘੋਟ ਕੇ ਇਸ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਹੈ ਤੇ ਫਿਰ ਘਰ ਦੇ ਵਿੱਚੋਂ ਸਾਰਾ ਕੀਮਤੀ ਸਮਾਨ ਲੈ ਕੇ ਰਫੂ ਚੱਕਰ ਹੋ ਜਾਂਦੇ ਨੇ। ਪੁੱਤ ਘਰ ਪਹੁੰਚਦਾ ਹੈ ਤਾਂ ਹਾਲ ਦੇਖ ਕੇ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ, ਹੋਸ਼ ਉੜ ਜਾਂਦੇ ਨੇ, ਜਿਸ ਤੋਂ ਬਾਅਦ ਪੁੱਤ ਦੇ ਵੱਲੋਂ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਤੇ ਪੁਲਿਸ ਦੇ ਵੱਲੋਂ ਹੁਣ ਛਾਨਬੀਨ ਕੀਤੀ ਜਾ ਰਹੀ ਹੈ। ਸਵੇਰੇ 8:30 ਵਜੇ ਤੇ ਮੈਂ ਘਰੋਂ ਗਿਆ ਵਾਂ ਤੇ ਅੱਜ 8:30 ਵਜੇ ਤੋਂ ਲੈ ਕੇ 11:30 ਵਜੇ ਤੱਕ ਮੇਰੀ ਮਾਤਾ ਜੀ ਨਾਲ ਗੱਲ ਹੁੰਦੀ ਰਹੀ ਹੈ ਤੇ ਉਸ ਤੋਂ ਬਾਅਦ ਜਦੋਂ ਮੈਂ ਫੋਨ ਲਾਉਣ ਦੀ ਕੋਸ਼ਿਸ਼ ਕੀਤੀ ਆ ਤੇ ਉਹਨਾਂ ਨੇ ਨਹੀਂ ਚੱਕਿਆ ਹੈਗਾ ਤੇ ਜਦੋਂ ਮੈਂ 12:55 ਤੇ ਘਰੇ ਆਇਆ ਵਾਂ ਤੇ ਜਿੰਦਾ ਹੈ ਨਹੀਂ ਸੀਗਾ, ਇਕੱਲੀ ਕੁੰਡੀ ਲੱਗੀ ਹੋਈ ਸੀਗੀ ਤੇ ਜਦੋਂ ਅੰਦਰ ਜਾ ਕੇ ਵੇਖਿਆ ਤੇ ਚੋਰਾਂ ਨੇ ਵਾਰਦਾਤ ਕੀਤੀ ਸੀਗੀ, ਸਾਰੇ ਕੱਪੜੇ ਕੁੱਪੜੇ ਖਿਲਰੇ ਹੋਏ ਸੀਗੇ ਤੇ ਜੋ ਵੀ ਮਾਤਾ ਜੀ ਦੇ ਪੈਸੇ ਪੂਸੇ ਸਾਰਾ ਕੁਛ ਲੈ ਕੇ ਚਲੇ ਗਏ ਨੇ। ਕੋਈ ਪਤਾ ਲੱਗਾ ਕਿੰਨੇ ਜਾਣੇ ਸੀਗੇ ਜਿਹੜੇ ਚੋਰ? ਇਸ ਦੇ ਬਾਰੇ ਨਹੀਂ ਪਤਾ ਲੱਗਾ ਜੀ ਕਿੰਨੇ ਜਾਣੇ ਕਿੰਨੇ ਨਹੀਂ ਜਾਣੇ ਤੇ ਜਦੋਂ ਮੈਂ ਦੇਖਿਆ ਸੀਗਾ ਤੇ ਉਹਨਾਂ ਦੀ ਗੱਲ ਦੇ ਵਿੱਚ ਪਰਨਾ ਪਾਇਆ ਤੇ ਜਿਹੜਾ ਮੈਂ ਕੱਲ੍ਹ ਬੰਨਿਆ ਸੀਗਾ ਤੇ ਉਸ ਪਰਨੇ ਦੇ ਨਾਲ ਉਹਨਾਂ ਨੂੰ ਗੱਲ ਘੁੱਟ ਕੇ ਮਾਰਿਆ ਗਿਆ ਜੀ। ਤੇ ਘਰੋਂ ਕੀ ਕੀ ਲੈ ਕੇ ਗਏ? ਘਰੋਂ ਆਪਣੇ ਸਾਰਾ ਕੁਛ ਤਾਂ ਘਰੇ ਰਿਹਾ, ਮੈਂ ਕਿ ਪੈਸੇ ਪੂਸੇ ਲੈ ਕੇ ਗਏ ਨੇ ਤੇ ਮਾਤਾ ਜੀ ਨੂੰ। ਕਿੰਨੇ ਪੈਸੇ ਲੈ ਗਏ? ਮੈਂ ਕਿ ਪੈਸੇ ਹੋਣਗੇ ਆਪਣੇ 5,000 ਰੁਪਇਆ ਕੋਲ ਸੀਗਾ ਮਾਤਾ ਜੀ ਦੇ, ਕੋਈ ਇਸ ਤੋਂ ਇਲਾਵਾ ਹੋਰ? ਤੇ 200 ਰੁਪਇਆ ਉਹਨਾਂ ਨੇ ਮੈਨੂੰ ਸਵੇਰੇ ਦਿੱਤਾ ਕਿ ਰੋਟੀ ਲਿਆਉਣ ਵਾਸਤੇ ਤੇ ਉਸ ਤੋਂ ਬਾਅਦ ਕਿਹਾ ਤੇ ਜਦ ਮੈਂ ਪੁੱਛਿਆ ਫੋਨ ਕਰਕੇ ਕਿ ਕੀ ਖਾਣਾ ਕੀ ਨਹੀਂ ਤੇ ਉਸ ਤੋਂ ਬਾਅਦ ਮੇਰੀ ਕੋਈ ਗੱਲ ਨਹੀਂ ਹੋਈ ਉਹਨਾਂ ਨਾਲ। ਮਾਤਾ ਤੁਹਾਡੀ ਇੱਥੇ ਇਕੱਲੀ ਰਹਿੰਦੀ ਸੀ? ਹਾਂਜੀ, ਇਕੱਲੇ ਰਹਿੰਦੇ, ਹੈਂਡੀਕੈਪ ਸੀਗੇ ਮੇਰੀ ਮਾਤਾ ਜੀ। ਕੋਈ ਰੰਜਿਸ਼ ਕਿਸੇ ਨਾਲ ਰਹੀ? ਨਹੀਂ ਜੀ, ਕਿਸੇ ਨਾਲ ਨਹੀਂ ਜੀ। ਕੋਈ ਸੱਟ ਸੁੱਟ ਵੀ ਹੈਗੀ ਸਰੀਰ ਤੇ? ਨਹੀਂ ਨਹੀਂ, ਕੋਈ ਕੁਛ ਨਹੀਂ ਜੀ, ਬਸ ਗਲਾ ਘੁੱਟ ਕੇ ਮਾਰਿਆ ਜੀ ਉਹਨਾਂ ਨੇ। ਘਟਨਾ ਦੁਪਹਿਰ ਦੀ ਹੈ? ਹਾਂਜੀ, ਦੁਪਹਿਰ ਦੀ ਘਟਨਾ ਜੀ। ਜਦੋਂ ਮੈਂ ਘਰੇ ਆਇਆ ਵਾਂ ਆਪਣੇ 12:55 ਜਦੋਂ ਮੈਂ ਦੇਖਿਆ ਜੀ ਤੇ ਉਦੋਂ ਮੈਂ ਕਿ ਇਕੱਲੀ ਕੁੰਡੀ ਲੱਗੀ ਹੋਈ ਸੀ। ਜਦੋਂ ਅੰਦਰ ਜਾ ਕੇ ਵੇਖਿਆ ਅਲਮਾਰੀ ਖੁੱਲੀ ਹੈ, ਕੱਪੜੇ ਖਿਲਰੇ ਪਏ ਨੇ ਤੇ ਗਵਾਂਢੀਆਂ ਨੂੰ ਪੁੱਛਿਓ, ਕਹਿੰਦੇ ਹਜੇ ਨਹੀਂ ਪਤਾ ਹੈਗਾ ਤੇ ਉਹਨਾਂ ਨੇ ਮੌਕੇ ਦੇ ਬਾਅਦ ਤੇ ਇਹ ਦੱਸਿਆ ਕਿ 11:30 ਵਜੇ ਤੇ ਆਪਣੀ ਬੇਟ ਨੂੰ ਬਾਲ ਕੇ ਤੋਂ ਸਕੂਲ ਦੇ ਕੋਲ ਗਏ ਸੀਗੇ, ਉਦੋਂ ਲੋਕ ਲੱਗਾ ਸੀਗਾ ਤੇ ਜਦੋਂ ਮੈਂ ਆਇਆ ਵਾਂ ਤੇ ਉਦੋਂ ਜੇ ਵਾਰਦਾਤ ਹੋ ਚੁੱਕੀ ਸੀ। ਮੈਂ ਜੀ ਆਪਣੇ ਖਲਾਸੀਆਂ ਜੀ IW ਦਫ਼ਤਰ ਦੇ ਵਿੱਚ। ਹਾਂਜੀ, ਰੇਲਵੇ ਦੇ ਕੁਆਟਰ ਵਿੱਚ? ਹਾਂਜੀ, ਰੇਲਵੇ ਦੇ ਕੁਆਟਰ। ਮੈਂ 2019 ਦਾ ਇੱਥੇ ਰਹਿ ਰਿਹਾ ਜੀ। ਪਹਿਲਾਂ ਵੀ ਸਾਡੇ ਚੋਰੀ ਹੋ ਚੁੱਕੀ ਤੇ ਉਦੋਂ ਵੀ ਸਮਾਨ ਸਾਰਾ ਲੈ ਗਏ ਸੀਗੇ, ਉਸ ਤੋਂ ਬਾਅਦ ਕੁਛ ਨਹੀਂ ਹੋਇਆ ਤੇ ਦੂਸਰੀ ਵਾਰਦਾਤ ਇਹ ਹੋਈ ਹੈ ਜਿਸ ਦੇ ਵਾਸਤੇ ਕਿ ਪੈਸਾ ਵੀ ਖੋਇਆ ਗਿਆ
ਤੇ ਮੇਰੀ ਮਾਤਾ ਜੀ ਨੂੰ ਵੀ ਮਾਰ ਦਿੱਤਾ ਗਿਆ। ਘਟਨਾ ਚੋਰੀ ਦੀ ਲੱਗਦੀ ਆ ਜਾਂ ਕੋਈ ਹੋਰ ਲੱਗਦੀ? ਨਹੀਂ, ਚੋਰੀ ਦੀ ਆ ਜੀ, ਕਿਉਂਕਿ ਘਰ ਦੇ ਵਿੱਚ ਜੋ ਵੀ ਸੋਨਾ ਸੀਗਾ ਉਹ ਵੀ ਲੈ ਚੁੱਕੇ ਨੇ ਜੀ। ਭਾਜੀ ਫਿਰੋਜ਼ਪੁਰ ਦੇ ਕੀ ਹਾਲਾਤ ਨੇ ਚੋਰੀਆਂ ਨੂੰ ਲੈ ਕੇ? ਜੋ ਦੇਖੋ ਜੀ, ਇੱਥੇ ਜੇ ਦੇਖਿਆ ਜਾਵੇ ਤੇ ਰਾਹ ਜਾਂਦਿਆਂ ਹਰ ਕਿਤੇ ਖੋ ਜਾਂਦੇ ਨੇ। ਕਦੀ ਫੋਨ ਖੋਇਆ ਜਾਂਦਾ ਕਿਸੇ ਦੇ, ਮੈਂ ਕਿ ਕਾਪਾ ਮਾਰਿਆ ਜਾਂਦਾ, ਕਦੀ ਕੁਛ। ਸਾਡੇ ਪਹਿਲਾਂ ਵੀ ਚੋਰੀ ਹੋ ਚੁੱਕੀ ਪਿਛਲੇ ਸਾਲ, ਤੇ ਇਸ ਵਾਰ ਉਹਨਾਂ ਨੇ ਵੇਖਿਆ ਕਿ ਇਕੱਲੀ ਮਾਤਾ ਜੀ ਬੈਠੇ ਨੇ ਘਰੇ, ਤੇ ਜਦੋਂ ਮਾਤਾ ਜੀ ਨੇ ਕਿਤੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਜਾਂ ਉਹਨਾਂ ਨੂੰ ਪਛਾਣਿਆ ਆਊਗਾ, ਤੇ ਉਹਨਾਂ ਨੇ ਜੇ ਉਹਨਾਂ ਨੂੰ ਮੈਂ ਕਿ ਡੈਡ ਕਰ ਦਿੱਤਾ। ਉਦੋਂ ਜਦੋਂ ਚੋਰੀ ਹੋਈ ਸੀ ਉਦੋਂ ਕੋਈ ਕਾਰਵਾਈ ਹੋਈ ਸੀ? ਉਦੋਂ ਕਾਰਵਾਈ ਲਿਖਾ, ਬੰਦੇ ਉਦੋਂ ਕੋਈ ਕਾਰਵਾਈ ਨਹੀਂ, ਲਿਖਾ ਕੇ ਆਏ ਸੀਗੇ, FIR ਦਰਜ ਕਰਾਏ ਸੀਗੇ, ਕੁਛ ਸਬੂਤ ਨਹੀਂ ਮਿਲਿਆ। ਹੁਣ ਤਾਂ ਬਾਈ ਜੀ ਘਰੋਂ ਆ ਕੇ ਤੁਹਾਡੇ ਚੋਰੀ ਕਰਕੇ ਕਤਲ ਕਰ ਗਏ ਆ। ਹਾਂਜੀ, ਰਾਹ ਗਲੀ ਤਾਂ ਚਲੋ ਹੁੰਦਾ ਹੀ ਸੀਗਾ, ਉਹ ਤਾਂ ਰਾਹ ਗਲੀ ਹੁੰਦਾ। ਹੁਣ ਤਾਂ ਦੇਖੋ ਜੀ, ਇਸ ਟਾਈਮ ਤੇ ਮੈਂ ਕੁਛ ਕਹਿ ਨਹੀਂ ਸਕਦਾ, ਕਿਉਂਕਿ ਚੋਰੀਆਂ ਕਾਫੀ ਹੁੰਦੀਆਂ ਨੇ। ਸਾਡੇ ਗਵਾਂਢ ਦੇ ਵਿੱਚ ਵੀ ਚੋਰੀ ਹੋ ਚੁੱਕਿਆ, ਤੁਸੀਂ ਦੇਖ ਸਕਦੇ ਕੁਆਟਰ, ਇਹਨਾਂ ਦੇ ਅਕਬਰ ਜੀ ਆ, ਉਹਨਾਂ ਦੇ ਮੈਂ ਕਿ ਚੋਰੀ ਹੋਈ ਆ, RPF ਦੇ ਵਿੱਚ ਲੱਗੇ ਸੀਗੇ, ਹੁਣ ਦਾ ਇੱਕ ਮੋਟਰਸਾਈਕਲ ਹੀ ਰਿਹਾ ਵਾ, ਬਾਕੀ ਉਹਨਾਂ ਦੀ ਵਰਦੀ ਤੱਕ ਲੈ ਕੇ ਗਏ ਨੇ ਜੀ। ਮੰਗ ਕੀ ਕਰਦੇ? ਹਾਂਜੀ, ਮੰਗ ਹੈ ਉਹੀ ਆ ਜੀ, ਹਾਂ ਵੀ ਕਿ ਸਾਨੂੰ ਮੈਂ ਕਿ ਪੈਸਾ ਚਾਹੀਦਾ ਵਾ, ਨਸ਼ੇ ਪੱਤੇ ਵਾਲਿਆਂ ਨੇ ਜੀ ਇੱਥੇ। ਤੁਸੀਂ ਕੀ ਮੰਗ ਕਰਦੇ ਹੋ? ਮੈਂ ਇਹ ਮੰਗ ਕਰਨਾ ਚਾਹੁੰਦਾ ਕਿ ਜੋ ਵੀ ਮੇਰੇ ਘਰੋਂ ਗਿਆ ਵਾ ਪੈਸਾ ਤੇਲਾ, ਕਿਉਂਕਿ ਦੇਖੋ ਜੀ ਮਾਂ ਤਾਂ ਮੇਰੀ ਚੱਲ ਗਈ, ਉਹ ਤਾਂ ਆ ਨਹੀਂ ਸਕਦੀ, ਕਿਉਂਕਿ ਪਿਛਲੇ ਹਲੇ ਪਿਛਲੇ ਮਹੀਨੇ 7 ਤਰੀਕ 7ਵੇਂ ਮਹੀਨੇ ਮੇਰੇ ਫਾਦਰ ਜੀ ਸਾਹਿਬ ਨੂੰ 16 ਸਾਲ ਹੋਏ ਮੁੱਕਿਆਂ ਨੂੰ, ਤੇ ਉਹਨਾਂ ਤੋਂ ਬਾਅਦ ਅੱਜ ਮੈਂ ਜਦੋਂ ਵੇਖਿਆ ਤੇ ਮੇਰੀ ਮਾਤਾ ਜੀ ਪੂਰੇ ਹੋ ਗਏ ਨੇ। ਤੇ ਮੈਂ ਤਾਂ ਪੁਲਿਸ ਦੇ ਅੱਗੇ ਇਹੀ ਅਰਦਾਸ ਬੇਨਤੀ ਕਰ ਸਕਦਾ ਵਾਂ ਕਿ ਮੇਰੀ ਰਿਕੁਐਸਟ ਆ ਤੁਹਾਡੇ ਅੱਗੇ ਕਿ ਜਲਦ ਤੋਂ ਜਲਦ ਜਿਹੜੇ ਵੀ ਜਿਹਨਾਂ ਨੇ ਇਹ ਘਟਨਾ ਵਾਪਰੀ ਆ, ਜੋ ਮੇਰੇ ਘਰ ਵਿੱਚ ਆ, ਜਲਦ ਤੋਂ ਜਲਦ ਜਿਹੜੇ ਵੀ ਚੋਰ ਨੇ, ਕਿ ਜਲਦ ਤੋਂ ਜਲਦ ਉਹਨਾਂ ਨੂੰ ਫੜਿਆ ਜਾਵੇ ਤੇ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀ, ਸੁਖਵਿੰਦਰ ਸਿੰਘ ਨਾਮ ਦਾ ਇੱਕ ਲੜਕਾ ਖਲਾਸੀ ਇੱਥੇ ਰੇਲ ਵਿੱਚ, ਉਹਨੇ ਕਿਹਾ ਵੀ ਅੱਜ ਘਰੇ ਮੇਰੀ ਮਾਤਾ ਜੋ ਹੈਂਡੀਕੈਪਟ ਦੋਵਾਂ ਲੱਤਾਂ ਤੋਂ ਹੀ, ਵੀ ਮੈਂ ਜਦੋਂ ਘਰੇ ਵਾਪਸ ਆਇਆ ਤੇ ਉਹਨਾਂ ਦੀ ਡੈਡ ਬੋਡੀ ਉੱਥੇ ਪਈ ਹੈ। ਅਸੀਂ ਆਏ ਹਾਂ, ਅਜੇ ਮੌਕਾ ਦੇਖ ਰਹੇ ਹਾਂ, ਸਾਰਾ ਸਟੇਟਮੈਂਟ ਵਗੈਰਾ ਅਜੇ ਲਿਖ ਰਹੇ ਹਾਂ, ਇਸ ਤੋਂ ਜ਼ਿਆਦਾ ਅਜੇ ਮੈਂ ਕੁਛ ਨਹੀਂ ਦੱਸ ਸਕਦਾ। ਬਾਕੀ ਇਨਵੈਸਟੀਗੇਸ਼ਨ ਡਿਪਾਰਟ ਆ, ਸਾਡੇ ਫੋਰੈਂਸਿਕ ਸਾਇੰਸ ਵਾਲੇ ਵੀ ਆਏ ਹੋਏ ਆ, ਸਾਰਾ ਅਸੀਂ ਚੱਲ ਰਿਹਾ। ਚੋਰੀ ਲੱਗਦੀ ਜੀ? ਚੋਰੀ ਲੱਗਦੀ? ਅਜੇ ਕੁਛ ਨਹੀਂ ਕਿਹਾ ਜਾ ਸਕਦਾ ਫਿਲਹਾਲ। ਕਿੰਨੀ ਕੁ ਉਮਰ? ਕਿੰਨੀ? ਅਜੇ ਇਹਨਾਂ ਦੀ ਮਾਤਾ ਦੀ ਉਮਰ 50-52 ਸਾਲ ਹੋਵੇਗੀ, ਇਦੋਂ ਇਹ ਮਾਂ ਪੋਤੀ ਰਹਿੰਦੇ ਸੀ। ਇਸ ਲੜਕੇ ਦਾ ਡਿਵੋਰਸ ਹੋਇਆ ਹੋਇਆ ਪਹਿਲਾਂ, ਫਾਦਰ ਦੀ ਇਹਦੀ ਡੈਥ ਹੋਈ ਹੈ, ਇਹ ਫਾਦਰ ਦੀ ਜਗ੍ਹਾ ਜੋਬ 'ਤੇ ਲੱਗਾ 2015 'ਚ। ਨਹੀਂ ਅਜੇ ਕੁਛ ਨਹੀਂ ਲੱਗ ਸਕਦਾ ਇਹ, ਅਸੀਂ ਵੱਖ ਵੱਖ ਇਨਵੈਸਟੀਗੇਸ਼ਨ ਦਾ ਪਾਰਟ ਆ, ਹਰ ਐਂਗਲ ਤੋਂ ਦੇਖ ਰਹੇ ਹਾਂ ਅਸੀਂ। ਪਰਿਵਾਰ ਦੇ ਕਹਿਣ ਮੁਤਾਬਕ ਕਦੋਂ ਘਟਨਾ ਹੋਈ ਹੈ? ਇਹ ਲੜਕਾ ਬੋਲ ਰਿਹਾ ਵੀ 8:30 ਵਜੇ ਮੈਂ ਸਵੇਰ ਗਿਆ ਬਾਹਰੋਂ, ਲੋਕ ਲਾ ਜਾਂਦਾ ਉਹਦੀ ਮਾਤਾ ਨੂੰ, ਜਦੋਂ ਮੈਂ ਵਾਪਸ ਆਇਆ ਤੇ ਬਾਹਰਲਾ ਲੋਕ ਹੈ ਨਹੀਂ ਸੀ, ਤੇ ਅੰਦਰ ਦੇਖਿਆ ਜਾ ਕੇ ਇਹ ਕਹਿੰਦਾ ਵੀ 1:30-1 ਵਜੇ ਦੇ ਕਰੀਬ ਮੈਂ ਜਦੋਂ ਆਇਆ ਇਹ ਘਟਨਾ ਵਾਪਰੀ ਆ। ਤੁਹਾਨੂੰ ਇਨਫੋਰਮੇਸ਼ਨ ਹੋ ਦਿੱਤੀ ਗਈ ਹੈ ਜੀ? ਹਾਂ, ਸਾਨੂੰ ਜਦੋਂ ਇਨਫੋਰਮੇਸ਼ਨ, ਅਸੀਂ ਉਸ ਵੇਲੇ ਆਏ ਹਾਂ, ਨਾਲ ਸਾਡੀ ਸਾਰੀ ਟੀਮ ਆਈ, ਅਸੀਂ ਸਾਰੇ ਪਹਿਲਾਂ ਤੋਂ ਜਾਂਚ ਕਰ ਰਹੇ ਹਾਂ।